ਕੰਮ ਸਾਰੇ ਸ਼ੌਕ ਦੇ ਕੰਮ ਸਾਰੇ ਸ਼ੌਕ ਦੇ ਨੇ ਅੱਤ ਗੋਰੀਏ ਵੇਖ ਕੀ ਕੀ ਕਰਾਉਂਦਾ ਹਜੇ ਜੱਟ ਗੋਰੀਏ ਕੰਮ ਸਾਰੇ ਸ਼ੌਕ ਦੇ ਨੇ ਅੱਤ ਗੋਰੀਏ ਵੇਖ ਕੀ ਕੀ ਕਰਾਉਂਦਾ ਹਜੇ ਜੱਟ ਗੋਰੀਏ ਉਹ ਰੱਖੀ ਐ ਦੁਨਾਲੀ ਮੈਂ ਪਟਾਕੇ ਪਾਉਣ ਨੂੰ ਪਟਾਕੇ ਪਾਉਣ ਨੂੰ ਉਹ ਖੇਤਾਂ 2 ਮਿੰਟ ਰਹਿ ਗਏ ਜੀ 2 ਮਿੰਟ 12 ਚੋਂ 12 ਸਹੀ ਨੇ ਇੱਕ ਤੇ ਟਾਈਮ ਪਾਲੀ ਸੇਰੀਆਂ ਸਹੀ ਆ ਰਾਜੂ ਟਾਲਾ ਸਹੀ ਆ ਅਵਤਾਰ ਰੋਲੋਂ ਸਹੀ ਆ ਜੀ ਡਾਕਟਰ ਰਾਣਵਾ ਤੇ ਟਾਈਮ ਆ ਪਿੰਦੀ ਕੂਮ ਕਲਾਂ ਦੋਨੇ ਕਬੂਤਰ ਸਹੀ ਨੇ ਗੁਰਜੋਤ ਕੋਟ ਸਹੀ ਆ ਕਾਲਾ ਲਹਾਰਾ ਸੱਤੀ ਟੱਟ ਵੀ ਸਹੀ ਆ ਜੱਗਾ ਕਿਲਾ ਰੈਪਰ ਬੋਬੀ ਸਾਹਨੇਵਾਲ ਮਨਦੀਪ ਖਮਾਣੋ ਰਾਣਾ ਤਨਾਨਸੂ ਇਹ ਕਬੂਤਰ ਸਹੀ ਨੇ ਜੀ ਡਾਕਟਰ ਰਾਣਵਾ ਤੇ ਟਾਈਮ ਆ ਇਕੱਲਾ ਜੀ ਕਿਹੜੇ ਪਿੰਡ ਬਾਜੀ ਜਿੱਤ ਗਿਆ ਸੋਨੀ ਹੈਂ ਐਨੋ ਐਨੋ ਪਿੰਡ ਬਾਜੀ ਸੀ ਉੱਥੇ ਚਾਰ ਕਬੂਤਰ ਚਾਰਾਂ ਕਬੂਤਰਾਂ ਨੇ ਕੱਚੀ ਕਰ ਲਈ ਅਤੇ ਆਹ ਪਾਰਟੀ ਚੱਲ ਰਹੀ ਆ ਉਹਦੇ ਵਿੱਚ ਸੋਨੀ ਬ੍ਰਾਹਮਪੁਰ ਦਾ ਕਬੂਤਰ ਸੀਗਾ ਅਤੇ ਸੋਨੀ ਬ੍ਰਾਹਮਪੁਰ ਦਾ ਭਾਈ ਸਾਨੂੰ ਠੰਡੇ ਤੱਤੇ ਪਲਾ ਰਿਹਾ ਜੀ ਆ ਪਹਿਲੀ ਵਾਰ ਇਹਨੇ ਕਿਹਾ ਵੀ ਪਾ ਦੇ ਨਹੀਂ ਤਾਂ ਕਹਿੰਦਾ ਮੈਨੂੰ ਹੀ ਪਾ ਦੇ ਅਤੇ ਕਬੂਤਰ ਜਿਹੜਾ ਟਾਈਮ ਲੱਗਿਆ ਸੀ ਉਹ ਵੀ ਕਬੂਤਰ ਸਹੀ ਹੋ ਗਿਆ ਜੀ 13 ਕਬੂਤਰ ਸਹੀ ਨੇ ਇਸ ਟਾਈਮ 13 ਪਿੰਡ ਕੂਮ ਕਲਾਂ 13 ਕਬੂਤਰ ਸਹੀ ਨੇ ਜੀ ਟੋਟਲ
ਵੀ ਸਾਨੇ ਨਾਲ ਕਬੂਤਰ ਕੱਟਿਆ ਗਿਆ 4-5 ਤੋਂ ਜਿਹੜੇ ਕਬੂਤਰਾਂ ਤੇ ਟਾਈਮ ਆ ਉਹ ਸੁਣ ਲਓ ਵੀਰ ਜੀ ਅਵਤਾਰ ਰੋਲੇ ਡਾਕਟਰ ਰਾਣਵਾ ਪਿੰਦੀ ਕੂਮਕਲਾਂ ਸੱਤੀ ਢੱਟ ਇਹ ਕਬੂਤਰਾਂ ਤੇ 4-5 ਤੋਂ ਟਾਈਮ ਆ ਵੀਰੇ ਦਿਖਾ ਦਿਓ ਆਪਣਾ ਜਿਹਨੂੰ ਦਿਖਦਾ ਰਾਜੂ ਅਵਤਾਰ ਰੋਲੇ ਡਾਕਟਰ ਰਾਣਵਾ ਪਿੰਦੀ ਕੂਮਕਲਾਂ ਸੱਤੀ ਢੱਟ ਸਹੀ ਕਬੂਤਰ ਪਾਲੀ ਸ਼ੇਰੀਆਂ ਰਾਜੂ ਟਾਲਾ ਗੁਰਜੋਤ ਕੋਟ ਕਾਲਾ ਲਹਾਰਾ ਜੱਗਾ ਕਿਲਾ ਰਾਏਪੁਰ ਮਨਦੀਪ ਖਮਾਣੋ ਅਤੇ ਰਾਣਾ ਧਨਾਨਸੂ ਇਹ ਕਬੂਤਰ ਸਹੀ ਨੇ ਹੈਲੋ 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 ਕੱਪ
ਬਾਈ ਜੀ ਉੱਪਰ ਜਿੰਨੇ ਮਰਜ਼ੀ ਬੰਦੇ ਖੜੇ ਰਹੋ ਪਰ ਰੌਲਾ ਨਾ ਪਾਇਓ ਬਹੁਤ ਵਧੀਆ ਬਾਜੀ ਹੋਈ ਆ ਕਿਤੇ ਉਹੀ ਕਾਵਾਂ ਰੌਲੀ ਨਾ ਪਾਇਓ ਵੀ ਆਹ ਆ ਗਿਆ ਉਹ ਆ ਗਿਆ ਜਿਹਦਾ ਸਹੀ ਆ ਸਹੀ ਹੀ ਰਹੂਗਾ ਕਾਲਾ ਲਹਿਰਾ ਬਹਿ ਗਿਆ ਜੀ ਕੱਟ ਦੋ ਤੇਰਾਂ ਮਿੰਟ ਰਹਿ ਗਏ ਅੱਠ ਕਬੂਤਰ ਸਹੀ ਨੇ ਜੀ ਅੱਠ ਅਵਤਾਰ ਰੋਲੇ ਸਹੀ ਹੋ ਗਿਆ ਸੱਤ ਕਬੂਤਰ ਸੋਰੀ ਸੱਤ ਕਬੂਤਰ ਸਹੀ ਨੇ ਜੀ ਇੱਕ ਕੱਟਿਆ ਗਿਆ ਕਾਲਾ ਲਹਿਰਾ ਬਹਿ ਗਿਆ ਸੀਗਾ ਰਾਜੂ ਟਾਲਾ ਜੱਗਾ ਕਿਲਾ ਰਾਏਪੁਰ ਮਨਦੀਪ ਖਮਾਣੋ ਰਾਣਾ ਧਨਾਨਸੂ ਹਾਂ ਕੋਟ ਵਾਲਿਆਂ ਦਾ ਕੀ ਨਾਮ ਆ ਗੁਰਜੋਤ ਕੋਟ ਇਹ ਛੇ ਕਬੂਤਰ ਸਹੀ ਨੇ ਜੀ ਡਾਕਟਰ ਰਾਣਵਾ ਸੱਤੀ ਟੱਟ ਪਿੰਦੀ ਕੂਮ ਤਿੰਨ ਕਬੂਤਰਾਂ ਦੇ ਟਾਈਮ ਆ ਜੀ ਇਹਨਾਂ ਦੇ ਦਸ ਮਿੰਟ ਰਹਿੰਦੇ ਨੇ ਇਹਨਾਂ ਦੇ
ਚਾਰ ਕਬੂਤਰ ਸਹੀ ਨੇ ਵੀਰੇ। ਮਨਦੀਪ ਖਮਾਣੋ ਪਾਲੀ ਸ਼ੇਰੀਆਂ, ਇਹ ਦੋ ਕਬੂਤਰਾਂ 'ਤੇ ਟਾਈਮ ਆ। ਨਾਲੇ ਵੀਰੇ ਜਿਹੜਾ ਕਬੂਤਰ ਮਾੜਾ ਹੋ ਕੇ ਜਾਊ ਉਹਨੂੰ 5 ਮਿੰਟ ਹੀ ਮਿਲਣੇ ਨੇ। ਛੇ ਕਬੂਤਰਾਂ 'ਚ ਵੀ ਬਾਈ ਜੀ ਪੈਸੇ ਕੱਚੇ ਹੋ ਗਏ ਨੇ, ਇਨਾਮ 'ਤੇ ਉੱਡਦੇ ਨੇ ਇਹ ਕਬੂਤਰ। ਜਿਹੜੇ 6 ਕਬੂਤਰ ਨੇ ਜਿਨ੍ਹਾਂ 'ਚ ਪੈਸੇ ਕੱਚੇ ਹੋ ਗਏ, ਪਾਲੀ ਸ਼ੇਰੀਆਂ, ਰਾਜੂ ਟਾਲਾ, ਗੁਰਜੋਤ ਕੋਟ, ਜੱਗਾ ਕਿਲਾ ਰਾਏਪੁਰ, ਰਾਣਾ ਧਨਾਂਸੂ, ਮਨਦੀਪ ਖਮਾਣੋ, ਇਹ 6 ਕਬੂਤਰਾਂ 'ਚ ਪੈਸੇ ਵੰਡੇ ਗਏ ਜੀ, ਇਨਾਮ 'ਤੇ ਉੱਡਦੇ ਨੇ। ਆ 6 ਕਬੂਤਰਾਂ 'ਚ ਕੱਚੀ ਹੋ ਗਈ ਜੀ। ਪਿੰਡ ਕੂਮ ਕਲਾਂ, ਪਾਲੀ ਸ਼ੇਰੀਆਂ, ਰਾਜੂ ਟਾਲਾ, ਗੁਰਜੋਤ ਕੋਟ, ਜੱਗਾ ਕਿਲਾ ਰਾਏਪੁਰ, ਰਾਣਾ ਧਨਾਂਸੂ ਅਤੇ ਮਨਦੀਪ ਖਮਾਣੋ, ਇਹ 6 ਕਬੂਤਰਾਂ 'ਚ ਪੈਸਿਆਂ ਦੀ ਕੱਚੀ ਹੋ ਗਈ ਅਤੇ ਫਰਿੱਜ ਦੇ ਕਬੂਤਰ ਉੱਡ ਰਹੇ ਨੇ ਜੀ। ਮਨਦੀਪ ਖਮਾਣੋ ਸਹੀ ਹੋ ਗਿਆ ਜੀ, 5 ਕਬੂਤਰ ਹੋ ਗਏ। ਪਾਲੀ ਸ਼ੇਰੀਆਂ ਵੀ ਸਹੀ ਹੋ ਗਈ ਜੀ, 6 ਕਬੂਤਰ ਸਹੀ ਨੇ। ਚੱਕਿਆ ਕੋਲੇ ਨਾ ਮੇਰਾ ਦੋਵਾਂ ਪਰ ਇੱਡੇ ਪਰ ਚੜਿਆ ਪੜਾਉਣ ਹੈ ਸੌਣ ਵਾਲਾ ਵੀ ਇੱਡੇ ਡਾਕਟਰ।
ਟਾਵਰ ਤੇ ਸਾਡਾ ਘਰ ਆ ਇਹਦਾ ਐ ਟਾਵਰ ਤੇ ਜੜਾ ਜਦਰੀ ਲੱਗੀ ਹੋਈ ਜੀ ਹੁਣ ਫਿਰ ਕੀ ਚੱਕਰ ਹੈ ਹੁਣ ਉੱਠਦੀ ਆ ਕਿ ਨਹੀਂ ਹੁਣ ਆਉਂਦੀ ਆ ਕਿ ਜਿਹੜੀ ਗੱਲ ਕਰਦਾ ਹੈ ਆਵਰ ਤੇ ਨਹੀਂ ਜਾਂਦਾ ਹੈਗਾ ਉਹਦਾ ਤੈਨੂੰ ਬਾਅਦ ਚ ਮਿਲਦੇ ਆ ਪੁੱਤ ਜਿਹੜੀ ਬਾਜੀ ਜਿੱਤੀ ਆ ਉਹ ਚਲੋ ਵੀ ਪਾਲੀ ਸ਼ੇਰੀਆਂ ਬਹਿ ਗਿਆ ਬਈ ਮੇਰੀ ਗੱਲ ਤੁਹਾਨੂੰ ਕੱਤੀ ਤੂੰ ਕੱਲ ਨੂੰ ਆਪਾਂ ਕੰਮ ਤੇ ਜਾਣਾ ਹੈਲੋ ਕੱਲ ਨੂੰ 5 ਵਜੇ ਮੇਰੇ ਕੋਲ ਆ ਜੀ ਕੰਮ ਤੇ ਜਾਣਾ ਆਪਾਂ ਕੱਲ ਨੂੰ ਕੰਮ ਤੇ ਜਾਣਾ ਯਾਰ ਪਹਿਲਾਂ ਮੇਰੀ ਗੱਲ ਸੁਣ ਹੈਲੋ ਹੈਲੋ ਬਾਅਦ ਨੂੰ ਕੰਮ ਤੇ ਜਾਣਾ ਸਵਾ 6 ਤੋਂ
ਪੈਸਿਆਂ ਚ ਵੰਡੀ ਗਈ ਕਬੂਤਰ ਚਾਰ ਫਿਰਦੇ ਨੇ ਤਿੰਨ ਸਹੀ ਆ ਤੁਹਾਡੇ ਵਾਲੀ ਤੇ ਟਾਈਮ ਆ ਹੈਗਾ ਹੈਗਾ ਉਹ ਵੀ ਕੋਈ ਨਾ ਯਾਰ ਆ ਕੱਟਾ ਦੋ ਮੁੜ ਕੇ ਉਹ ਵੀ ਆ ਜਾਣਾ ਹੈ ਉਹ ਅੱਧੇ ਘੰਟੇ ਦਾ ਹੀ ਦੇਤਾ ਊ ਮਾੜੀ ਹੋਈ ਸੀਗੀ ਦੇਖ ਲੋ ਵੀ ਆ ਗਈ ਸਿਰ ਤੇ ਉਹ ਵੀਰੇ ਮੇਰੀ ਗੱਲ ਸੁਣ ਲਾ ਤੇਰਾ ਕਬੂਤਰ ਬਹਿੰਦਾ ਗਾ ਰੌਲਾ ਨਾ ਪਾ ਉਹ ਮੇਰੀ ਗੱਲ ਸਾਨੂੰ ਜੰਟੇ ਰੌਲਾ ਨਹੀਂ ਪਾਉਣਾ
ਰੋਟੀ ਵੀ ਨੂੰ ਰੋਟੀ ਵੀ ਨੂੰ ਨਹੀਂ ਖਾਉਂਦੇ ਉਹ ਸਾਡਾ ਕੀ ਕਰੇਗਾ ਹੈ ਉਹਦਾ ਬੰਦਾ ਕਿਸੇ ਬਾਦ ਨੂੰ ਰੋਟੀ ਹੱਥ ਖੋਲਦੇ ਨੂੰ ਲੈ ਉਹ ਕਿਹਦਾ ਪੈਸੇ ਬਣਾਉਂਦਾ ਮੈਂ
तीन कबूतर सही फिरदे आ जी जग्गा किला रैपर गुरजोत कोट ते राणा धनानसू ये तीन कबूतर इस टाइम सही फिरदे आ जी तीन इनामा ते ने पहले नू फ्रैजा दूजे नू कापा ते तीजे नू कापा तिना का रूट तो जिबा कहना गलत ही आ ਤੇ
ਇੱਕ ਕਬੂਤਰ ਸਹੀ ਆ ਗੁਰਜੋਤ ਕੋਟ 7 ਵਜੇ ਤੱਕ ਜੇ ਦੂਜੇ ਕਬੂਤਰ ਦਿਖਦੇ ਨੇ ਤਾਂ ਲਾ ਲਓ ਟਾਂਗੀਆਂ ਜਿਵੇਂ ਆਪਣੀ ਗੱਲ ਹੋਈ ਆ ਉਵੇਂ ਪਰਚੀਆਂ ਪਾ ਦਾਂਗੇ ਕੱਲਾ ਗੁਰਜੋਤ ਕੋਟ ਕਬੂਤਰ ਸਹੀ ਆ ਵੀਰੇ ਚਾਹੇ ਆਪਣੀ ਟਾਂਗੀ ਲਾ ਲਾ ਜੇ ਦੂਜੇ ਕਬੂਤਰ 7 ਵਜੇ ਤੱਕ ਆਉਂਦੇ ਨੇ ਤਾਂ ਵਿੱਚ ਨੇ ਨਹੀਂ ਤਾਂ ਫਰਿੱਜ ਤੁਹਾਡੀ ਉਦਾਂ ਹੀ ਕੱਲਿਆਂ ਦੀ ਆ ਜੇ ਉਹ ਆ ਜਾਂਦੇ ਨੇ ਤਾਂ ਪਰਚੀਆਂ ਪੈ ਜਾਣਗੀਆਂ ਜਿਵੇਂ ਆਪਾਂ ਗੱਲ ਕੀਤੀ ਆ ਜੱਗਾ ਕਿਲਾਰਾ ਪਰ ਦੇਖ ਲਓ ਬਈ ਆ ਗਿਆ ਸਹੀ ਹੋ ਗਿਆ ਕਬੂਤਰ ਦੋ ਕਬੂਤਰ ਸਹੀ ਹੋ ਗਏ ਆ ਰਾਣਾ ਧਨਾਨਸੋ ਵੀ ਸਹੀ ਆ ਜੀ ਤਿੰਨੇ ਕਬੂਤਰ ਸਹੀ ਨੇ ਲਾ ਲਓ ਵੀਰ ਨਹੀਂ ਉਹ ਲਾਲ ਕਾਂਤਾਂ ਵਾਲਾ ਹੀ ਆ ਜੀ ਠੀਕ ਆ ਦੋਵੇਂ ਕਬੂਤਰ ਸਹੀ ਨੇ ਆ ਦੇਖ ਲਓ ਹੁਣ ਸਹੀ ਨੇ ਬਈ ਤਿੰਨੇ ਕਬੂਤਰ ਸਹੀ ਨਹੀਂ ਤਿੰਨੇ ਕਬੂਤਰ ਸਹੀ ਨੇ ਤਿੰਨਾਂ ਕਬੂਤਰਾਂ ਢਾਂਗੀਆਂ ਲੱਗ ਗਈਆਂ ਜੀ ਹਾਂਜੀ ਪਰਚੀ ਚ ਪਾ ਕੇ ਕੱਢਣਗੇ ਜੀ ਜਿਹਨੂੰ ਫਰਿੱਜ ਨਿਕਲੂਗੀ ਉਹ ਦੋ ਕਬੂਤਰਾਂ ਨੂੰ ਬਣਦਾ ਹਿੱਸਾ ਬਰਾਬਰ ਦਾ ਦਊਗਾ ਫਰਿੱਜ ਅਸੀਂ ਪਰਚੀਆਂ ਚ ਕੱਢਤੀ ਤੇ ਜਿਹੜਾ ਬਣਦਾ ਹਿੱਸਾ ਜਿਹਨੂੰ ਫਰਿੱਜ ਨਿਕਲ ਆਈ ਉਹ ਦੂਜਿਆਂ ਨੂੰ ਬਣਦਾ ਹਿੱਸਾ ਦਊਗਾ ਜੀ ਤਿੰਨ ਕਬੂਤਰ ਇਸ ਟਾਈਮ ਫਿਰ ਰਹੇ ਨੇ ਜੱਗਾ ਕਿਲਾਰੇ ਪਰ ਗੁਰਜੋਤ ਕੋਟ ਰਾਣਾ ਧਨਾਨਸੂ ਇਹ ਤਿੰਨ ਕਬੂਤਰ ਸਹੀ ਨੇ ਬਾਜੀ ਜੀ ਬਾਜੀ ਵਾਲੇ ਸਾਰੀ ਕਮੇਟੀ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧੀਆ ਬਾਜੀ ਨਿਬੜ ਗਈ ਪਰਮ ਕੂਮ ਕਲਾ ਨੂੰ ਹੋਰ ਵੀ ਸਾਰੇ ਉਹਦੇ ਸਹਿਯੋਗੀ ਸੱਜਣ ਵੀਰ ਭਾਈਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਜਿਹੜੇ ਮੇਰੇ ਵੀਰ ਜਿਨ੍ਹਾਂ ਦੇ ਕਬੂਤਰ ਰਹੇ ਨੇ ਵਿੱਚ ਸਾਂਝੇ ਰਹੇ ਨੇ ਬੇਨਤੀ ਹੈ ਜਿਨ੍ਹਾਂ ਨੇ ਟਾਂਗੀ ਲਾਉਣੀ ਆ ਉਹਨਾਂ ਮੇਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕੋਈ ਬੈਠਿਆ ਹੋਇਆ ਕਬੂਤਰ ਵੀ ਥੋੜੀਆਂ ਟਾਂਗੀਆਂ ਤੇ ਬਹਿੰਦਾ ਵੀਰ ਬਣ ਕੇ ਫੜ ਕੇ ਉਹ ਕਮੇਟੀ ਨੂੰ ਦੇ ਦਿਓ ਜੇ ਮਿਹਰਬਾਨੀ ਇੰਨੀ ਕੁ ਕਰੋਗੇ ਤਾਂ ਬਹੁਤ ਵਧੀਆ ਬਾਜੀ ਹੋਈ ਆ ਜੀ ਉਹ ਚੰਗੀ ਤਰ੍ਹਾਂ ਸਹਿਯੋਗ ਦਓ ਸਾਡਾ ਵੀ ਨਾਲ ਤਾੜੀਆਂ ਬਣਾ ਲਿਆ ਕਰ ਤਾੜੀਆਂ ਹਾਂ ਜਿਹੜਾ ਕਿਸੇ ਦਾ ਬਹਿੰਦਾ ਕਬੂਤਰ ਆ ਬੈਠਿਆ ਹੋਇਆ ਉਹ ਟਾਂਗੀ ਤੋਂ ਫੜ ਕੇ ਦਿਓ ਜੀ ਜਿਹੜਾ ਪਤਾ ਲੱਗੇ ਲੋਕਾਂ ਨੂੰ ਵੀ ਕੂਮ ਕਲਾਂ ਬਾਜੀ ਹੋਈ ਹੈ ਤੇ ਐਂ ਕਬੂਤਰ ਮਿਲੇ ਨੇ ਹਾਂਜੀ ਕੂਮ ਕਲਾਂ ਵਾਲਿਆਂ ਨੂੰ ਵਧਾਈਆਂ ਜੀ ਬਹੁਤ ਵਧੀਆ ਬਾਜੀ ਹੋਈ ਆ ਬੜੀ ਸੇਵਾ ਕੀਤੀ ਇਹਨਾਂ ਨੇ ਪਿੰਡ ਵਾਲਿਆਂ ਨੇ ਸਾਰੇ ਕਬੂਤਰ ਬਾਜਾਂ ਦੀ ਹੈਲੋ ਹਾਂਜੀ ਹੈਲੋ ਹਾਂਜੀ ਪਿੰਡ ਕੂਮ ਕਲਾਂ ਅੱਜ ਬਹੁਤ ਹੀ ਵਧੀਆ ਬਾਜੀ ਨਿਬੜੀ ਹੈ ਜੀ 52 ਕਬੂਤਰ ਛੁੱਟੇ ਸੀ 3 ਕਬੂਤਰ ਸ਼ਾਮਿਲ ਨੇ ਜੀ ਹੁਣ ਗੁਰਜੋਤ ਕੋਟ ਜੱਗਾ ਕਿਲਾਰੇਪੁਰ ਰਾਣਾ ਧਨਾਨਸੂ ਇਹ ਤਿੰਨੇ ਕਬੂਤਰਾਂ 'ਚ 6 ਕਬੂਤਰਾਂ 'ਚ ਪੈਸੇ ਵੰਡੇ ਹੋਏ ਨੇ ਜੀ ਇਹ 3 ਕਬੂਤਰ ਨਾਮੀ ਨੇ ਫਰਿੱਜ ਦੀ ਪਰਚੀ ਕੱਢਾਂਗੇ ਜੀ ਜਿਹਦੀ ਪਰਚੀ ਨਿਕਲੂਗੀ ਜੀ ਉਹ ਦੂਜੇ ਦੋ ਕਬੂਤਰਾਂ ਨੂੰ ਬਣਦਾ ਹਿੱਸਾ ਦਊਗਾ ਜੋ ਫਰਿੱਜ ਦਾ ਮੁੱਲ ਹੋਊਗਾ ਉਹਦੇ 'ਚੋਂ ਬਹੁਤ ਬਹੁਤ ਵਧਾਈ ਜੀ ਕੂਮ ਕਲਾਂ ਵਾਲੇ ਪਿੰਡ ਵਾਲਿਆਂ ਨੂੰ ਜੀ ਬਹੁਤ ਵਧੀਆ ਬਾਜੀ ਕਰਾਈ ਹੈ ਜੀ
ਦੂਜਾ ਗੁਰਜੋਤ ਦਾ ਦੂਜਾ ਕਿਹਦਾ ਸੀ ਗੁਰਜੋਤ ਕੋਟ ਹਾਂਜੀ ਆ ਪਰਚੀਆਂ ਪਾਈਆਂ ਜੀ ਪਹਿਲਾ ਨੰਬਰ ਨਿਕਲਿਆ ਜੀ ਜੱਗਾ ਕਿਲਾ ਰੈਪਰ ਜੱਗਾ ਕਿਲਾ ਰੈਪਰ ਨੂੰ ਫ੍ਰਿਜ ਨਿਕਲਿਆ ਜੀ ਅਤੇ ਦੂਜੇ ਨੰਬਰ ਵਾਲਾ ਕੱਪ ਨਿਕਲਿਆ ਜੀ ਗੁਰਜੋਤ ਕੋਟ ਅਤੇ ਤੀਜੇ ਨੰਬਰ ਵਾਲਾ ਨਿਕਲਿਆ ਜੀ ਧਨਾਂਸੂ ਰਾਣਾ ਧਨਾਂਸੂ ਤੀਜੇ ਨੰਬਰ ਵਾਲਾ ਕੱਪ ਉਹਨੂੰ ਨਿਕਲਿਆ ਜੀ ਬਹੁਤ ਬਹੁਤ ਮੁਬਾਰਕਾਂ ਜੀ ਤਿੰਨੇ ਵੀਰਾਂ ਨੂੰ ਇਹ ਹੈ ਜੀ ਅੱਜ ਦੀ ਬਾਜ਼ੀ ਦਾ ਰਿਜ਼ਲਟ ਪਿੰਡ ਕੂਮ ਕਲਾਂ ਦੇਖ ਲਓ ਜੀ ਪਹਿਲਾ ਨਾਮ ਜੱਗਾ ਕਿਲਾ ਰੈਪਰ ਫ੍ਰਿਜ ਦੂਜਾ ਨਾਮ ਗੁਰਜੋਤ ਕੋਟ ਕੱਪ ਤੀਜਾ ਨਾਮ ਰਾਣਾ ਧਨਾਂਸੂ ਕੱਪ ਪਹਿਲਾ ਨਾਮ ਜਿੱਤਿਆ ਜੀ ਜੱਗਾ ਕਿਲਾ ਰੈਪੁਰ ਨੇ ਜੀ ਅਤੇ ਜੱਗਾ ਕਿਲਾ ਰੈਪੁਰ ਨੇ ਜਿੱਤਿਆ ਜੀ ਪਹਿਲਾ ਨਾਮ ਫਰਿੱਜ ਪਹਿਲਾ ਨਾਮ ਸੀਗੀ ਜੀ ਦੂਜਾ ਨਾਮ ਹੈਗਾ ਜੀ ਗੁਰਜੋਤ ਕੋਟ ਦੂਜੇ ਨੰਬਰ ਵਾਲੇ ਨੂੰ ਕੱਪ ਸੀਗਾ ਜੀ ਵੱਡਾ ਬਹੁਤ ਵਧੀਆ ਕੱਪ ਦੇ ਦਿੱਤਿਆ ਆਪਣੇ ਕੂਮ ਕਲਾਂ ਨੇ ਤੀਜੇ ਨੰਬਰ ਵਾਲਾ ਜੀ ਰਾਣਾ ਧਨਾਂਸੂ ਤੀਜੇ ਨੰਬਰ ਵਾਲਾ ਕੱਪ ਤੁਹਾਡੇ ਸਾਹਮਣੇ ਦਿਖ ਰਿਹਾ ਜੀ ਉਹਨਾਂ ਨੇ ਜਿੱਤਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਣਾ ਸੋਨੂੰ ਰੰਗੀਆਂ ਅਤੇ ਜੱਸੂ ਜਰਗ ਨੂੰ ਅਤੇ ਹੋਰ ਮੇਰੇ ਵੀਰਾਂ ਨੂੰ ਕਈਆਂ ਨੂੰ ਸਨਮਾਨ ਕੀਤੇ ਜਾਣੇ ਆ ਜੀ ਬਹੁਤ ਹੀ ਚੰਗੀ ਵਧੀਆ ਤਰੀਕੇ ਨਾਲ ਬਾਜ਼ੀ ਨਿਬੜ ਗਈ ਜੀ ਬਹੁਤ ਬਹੁਤ ਵਧਾਈਆਂ ਪਰਮ ਕੂਮ ਕਲਾਂ ਨੂੰ ਸੋਨੂੰ ਰੰਗੀਆਂ ਨੂੰ ਸੱਤੀ ਢੱਟ ਨੂੰ ਅਤੇ ਆਪਣੇ ਜੋਤੀ ਕੋਕਰੀ ਨੂੰ ਹੋਰ ਵੀ ਸਾਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ
ਵਾਲੀ हाँ जी विशेष तौर पर सम्मान हो रहा जी अपने जसू जरग का जी हाँ जी जसू जरग जी अपना विशेष सम्मान लैन जी जसू जरग जी परम भाई दे ब्रदर जी कर रहे ने ते होर मित्र भाई उन्हां दा विशेष तौर ते सम्मान कर रहे ने जसू जरग दा ते सोनू रंगियां दा विशेष तौर ते सम्मान ਵੀਰੇ ਸੋਨੂ ਰੰਗੀਆਂ ਦਾ ਸਨਮਾਨ ਕਰਦੇ ਹੋਏ ਪਿੰਡ ਵੱਲੋਂ ਹੁਣ ਤੀਜੇ ਨੰਬਰ ਤੇ ਜੀ ਸਨਮਾਨ ਹੋਰ ਕਰਨ ਸਨਮਾਨ ਕਰੋ ਜੀ ਜੀਬਾ ਸਾਨੇਵਾਲ ਵਿਸ਼ੇਸ਼ ਤੌਰ ਤੇ ਸਨਮਾਨ ਜੀ ਜੀਬਾ ਸਾਨੇਵਾਲ ਤੇ ਜੱਸੀ ਜਨਾਲੀ ਤੇ ਮੇਰਾ ਸਨਮਾਨ ਹੋਇਆ ਗੋਖੀ ਪੱਦੀ ਜੀ ਜਿਹਦਾ ਪਹਿਲੇ ਨੰਬਰ 'ਤੇ ਕਬੂਤਰ ਬੈਠਿਆ ਸੀਗਾ ਜੀ ਉਹਨਾਂ ਨੂੰ ਵੀ ਸਨਮਾਨ ਕੀਤਾ ਜੀ ਮਹਿਟਾ ਮੰਗਲੀ ਨੂੰ ਜਿਹਨਾਂ ਦਾ ਪਹਿਲੇ ਨੰਬਰ 'ਤੇ ਬੈਠਿਆ ਉਹਨਾਂ ਨੂੰ ਵਿਸ਼ੇਸ਼ ਸਨਮਾਨ ਕਰਾਇਆ ਜਾ ਰਿਹਾ ਜੀ ਅਤੇ
ਪਿੰਦਰ ਸਿੰਘ ਗਿੱਲ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਂਦਾ ਜੀ। ਪਿੰਦਰ ਗਿੱਲ ਜੀ ਨਛੱਤਰ ਸਿੰਘ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਂਦਾ ਜੀ। ਸੋਨੀ ਗਰੇਵਾਲ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਜੀ। ਹੈਪੀ ਜੰਡਾਲੀ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਜੀ। ਇਹਨਾਂ ਦਾ ਬਹੁਤ ਹੀ ਪੁਰਾਣਾ ਦੋਸਤ ਮਿੱਤਰ ਆ ਜੀ। ਰਾਣਾ ਧਨਾਨਸੂ ਪਹੁੰਚਿਆ ਜੀ, ਤੀਜੇ ਨੰਬਰ ਵਾਲਾ ਨਵ ਦਾ ਨਾਮ ਲੈਣ ਰਾਣਾ ਧਨਾਨਸੂ। ਤੇ ਦੂਜੇ ਨੰਬਰ ਵਾਲੇ ਪਹੁੰਚਣ ਜੀ, ਬਹਾਦਰ ਦੂਜੇ ਨੰਬਰ ਵਾਲੇ ਪਹੁੰਚਣ ਜੀ। ਕੋਟ ਵਾਲੇ ਕਿੱਥੇ ਨੇ ਜੀ? ਗੋਪੀ ਕਿੱਥੇ ਆ? ਗੋਪੀ ਦਾ ਅਨਾਊਂਸ ਕਰੀ। ਗੋਪੀ ਗੁਰਜੋਤ ਕੋਟ ਦੂਜੇ ਨੰਬਰ ਤੇ ਜਿਹੜਾ ਜੇਤੂ ਕਬੂਤਰ ਰਿਹਾ ਜੀ, ਗੁਰਜੋਤ ਕੋਟ। ਪਹਿਲੇ ਨੰਬਰ ਤੇ ਰਿਹਾ ਜੀ ਜੱਗਾ ਕਿਲਾ ਰੈਪਰ। ਅਤੇ ਪਹਿਲੇ ਨੰਬਰ ਵਾਲਾ ਨਾਮ ਆ ਜੀ ਜੱਗਾ ਕਿਲਾ ਰਿਹਾ ਆਪਾਂ ਨੂੰ ਫਰਿੱਜ। ਪਹਿਲਾ ਨਾਮ ਜੀ ਜੱਗਾ ਕਿਲਾ ਰਾਏਪੁਰ। ਬਹੁਤ ਬਹੁਤ ਵਧਾਈ ਜੀ ਜੱਗੇ ਬਾਈ ਜੀ ਨੂੰ, ਬਹੁਤ ਜ਼ਿਆਦਾ ਵਧੀਆ ਉੜੇ ਨੇ ਕਬੂਤਰ ਤਿੰਨੇ ਹੀ ਜੀ, ਬਹੁਤ ਸੋਹਣੀ ਬਾਜੀ ਹੋਈ ਹੈ ਜੀ।
ਸਾਰੇ ਵੀਰੇ ਇੱਧਰ ਦੇਖੋ ਅਜੇ ਕਰੀ ਨਾ ਫੋਟੋ ਇੱਕ ਮਿੰਟ ਵੀਰੇ ਸਾਹਮਣੇ ਸਾਹਮਣੇ ਵੀਰੇ ਹਾਂਜੀ ਓਕੇ ਆ ਵੀਰੇ ਸਾਹਮਣੇ ਦੇਖੋ ਵੀ ਸਾਰੇ ਚੱਕਾ ਨੂੰ ਫੇਰੇ ਛੱਡਿਆ ਵਾ ਫੇਰੇ ਹੁਣੀ ਭੇਜੀ ਉੱਪਰ